ਇਹ ਗਮਗੀਨ ਮਾਹੌਲ ਦੀਆਂ ਤਸਵੀਰਾਂ ਗੁਰਸੇਵਕ ਸਿੰਘ ਦੇ ਘਰ ਦੀਆਂ ਨੇ ਜੋ ਫਤਿਹਾਬਾਦ ਹਰਿਆਣਾ ਦਾ ਰਹਿਣ ਵਾਲਾ ਸੀ ਜਿਸ ਦਾ ਬੀਤੇ ਦਿਨੀ ਹਰਿਆਣਾ ਦੇ ਨੂੰਹ ਇਲਾਕੇ 'ਚ ਹੋਏ ਹਿੰਦੂ ਮੁਸਲਿਮ ਦੰਗਿਆਂ 'ਚ ਕਤਲ ਕਰ ਦਿੱਤਾ ਗਿਆ ਗੁਰਸੇਵਕ ਸਿੰਘ ਪੁਲਿਸ 'ਚ ਬਤੌਰ ਹੋਮਗਾਰਡ ਤੈਨਾਤ ਸੀ ਜਿਸ ਦੀ ਡਿਊਟੀ ਉਸ ਸਮੇਂ ਉਸ ਥਾਂ 'ਤੇ ਸੀ ਜਿੱਥੇ ਹਿੰਦੂ ਮੁਸਲਿਮ 'ਚ ਦੰਗੇ ਹੋਏ ਅਤੇ ਇਸ ਦੌਰਾਨ ਗੁਰਸੇਵਕ ਸਿੰਘ ਦਾ ਕਤਲ ਕਰ ਦਿੱਤਾ ਗਿਆ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਅਤੇ ਗੁਰਸੇਵਕ ਸਿੰਘ ਪਰਿਵਾਰ ਦਾ ਇੱਕ ਲੋਕਤਾ ਪੁੱਤਰ ਸੀ ਅਤੇ ਗੁਰਸੇਵਕ ਸਿੰਘ ਦੇ ਦੋ ਛੋਟੇ ਛੋਟੇ ਬੱਚੇ ਸਨ ਜੀ ਸਾਡੀ 2 ਵਜੇ ਰੂਰੂ ਇਹ ਗੱਲ ਹੋਈ ਹੈ 4 ਵਾਰੀ ਪਹਿਲਾਂ 2 ਵਜੇ ਤੋਂ ਬਾਅਦ ਪਹਿਲਾਂ ਫਿਰ ਉਦੋਂ ਬਾਅਦ ਜੀ 2 ਵਜੇ ਮੇਰੇ ਨਾਲ ਗੱਲ ਹੋਈ ਹੈ ਉਹਨੇ ਕਿਹਾ ਬੀਬੀ ਕਿਹਾ ਬੀਬੀ ਕਹਿ ਕੇ ਲਵੇ ਅਫਸਰ ਬੋਲੇ ਕੋਈ ਕਹਿੰਦਾ ਕੀ ਦੇਖਦਾ ਕਹਿੰਦਾ ਜੀ ਗੱਡੀ ਦੇਖਦਾ ਕਹਿੰਦਾ ਕੋਈ ਗੱਡੀ ਨਹੀਂ ਆਉਂਦੀ ਉਹ ਮੈਂ ਪਾਸੇ ਜਾਣਾ ਤੀ ਜੀ ਗੱਡੀ ਦੇਖਦਾ ਤੀ ਮੇਰੇ ਪੁੱਤ ਨੂੰ ਮੈਂ 5:30 ਵੱਜ ਗਏ ਜੀ ਮੇਰੇ ਪੁੱਤਰੇ ਮੁੜ ਕੇ ਮੇਰੇ ਨਾਲ ਕੋਈ ਗੱਲ ਨਹੀਂ ਕਰੀ ਨਾ ਫੋਨ ਚੁੱਕਿਆ ਮੇਰਾ ਮੇਰਾ ਪੁੱਤ ਇਕੱਲਾ ਕਮਾਉਣਾ ਤੀ ਜੀ ਮੇਰਾ ਪੁੱਤ ਇਕੱਲਾ ਕਮਾਉਣਾ ਤੀ ਜੀ ਉਹਦਾ ਡੈਡੀ ਤਾਂ ਢੈਕ ਹੋ ਗਿਆ ਤੀ ਜੀ ਉਹਦੇ ਛੱਲੇ ਪੈ ਰਹੇ ਨੇ ਮੇਰੇ ਪੁੱਤ ਨੂੰ ਉਡੀਕਦੀ ਹਾਂ ਵੀ ਮੇਰੇ ਘਰ ਆ ਕੇ ਹਰਾ ਲਿਆਊਗਾ ਕੱਲ੍ਹ ਸਾਡੇ ਪਾਸ ਫੋਨ ਆਇਆ ਜੀ ਆਪਣੇ ਲੜਕੇ ਕੇ ਪਾਸ ਵੀ ਇਹ ਕਰਕੇ ਜੀ ਉਹਦਾ ਐਕਸੀਡੈਂਟ ਹੋ ਗਿਆ ਜੀ ਵੀ ਐਕਸੀਡੈਂਟ ਉਹਦੇ ਆਪਣਾ ਲੜਕਾ ਗੱਡੀ ਲੈ ਕੇ ਚਲਿਆ ਗਿਆ ਜੀ ਵੀ ਕਰਕੇ ਜੀ ਐਕਸੀਡੈਂਟ ਹੋਇਆ ਉਸਕਾ ਇਹ ਐਕਸੀਡੈਂਟ ਹੋਣ ਕਰਕੇ ਜੀ ਪਹਿਲਾਂ ਇਹ ਤਲਵਾੜਾ ਵੀ ਜਾ ਕੇ ਆਇਆ ਜੀ 2-8 ਦਿਨ ਪਹਿਲਾਂ ਤਲਵਾੜਾ ਮਿਲ ਕੇ ਆਇਆ ਵੀ ਮਾਮਾ ਜੀ ਮੈਂ ਵਧੀਆ ਆਪਦੀ ਐਸ਼ ਕਰ ਰਿਹਾ ਮੈਂ ਆਪਦੀ ਨੌਕਰੀ 'ਤੇ ਕਰ ਰਿਹਾ ਹੋਮਗਾਰਡ 'ਚ ਵੀ ਮੇਰੇ ਕੋਈ ਮੈਨੂੰ ਕਿਸੇ ਰਾਹ ਦੀ ਕੋਈ ਦਿੱਕਤ ਨਹੀਂ ਇਹ ਜਦੋਂ ਕੱਲ੍ਹ ਫੋਨ ਆਇਆ ਜੀ ਆਪਣੇ ਲੜਕੇ ਕੇ ਪਾਸ ਵੀ ਮੇਰਾ ਕਰਕੇ ਜੀ ਪਤਾ ਨਹੀਂ ਹੁਣ ਕੀ ਨਹੀਂ ਕਰਿਆ ਫੋਨ ਲੜਕੇ ਕੋ ਲੜਕੇ ਨੇ ਫੋਨ ਕਰਿਆ ਵੀ ਕਰਕੇ ਵੀ ਐਕਸੀਡੈਂਟ ਹੋ ਗਿਆ ਜੀ ਜਦੋਂ ਮੈਨੂੰ ਜਾ ਕੇ ਬਤਾਇਆ ਕਹਿੰਦਾ ਵੀ ਸੇਵ ਸਿੰਘ ਦਾ ਵੀ ਐਕਸੀਡੈਂਟ ਹੋ ਗਿਆ ਉਹਦੀ ਉਮਰ ਤੀ ਸਾਰੀ 35 ਸਾਲ ਦੀ 40 ਸਾਲ ਦੀ ਉਮਰ ਤੀ ਜੀ ਇਹ ਜੀ ਆਪਣੇ ਗ੍ਰਾਮ ਇਹ ਜੀ 2 ਬੱਚੇ ਨੇ ਜੀ ਇੱਕ ਗੁੱਡੀ ਇੱਕ ਲੜਕਾ ਜੀ 2 ਬੱਚੇ ਨੇ ਹਾਂਜੀ ਇਕੱਲਾ ਇਕੱਲਾ ਬੱਚਾ ਜੀ 2 ਬੱਚੇ ਦੇ ਜੀ 2 ਬੱਚਿਆਂ ਦੇ ਕਾਰਨ ਬਹੁਤ ਮਾਲਕ ਨੇ ਦਿੱਕਤ ਜ਼ਿਆਦਾ ਆਈ ਹੈ ਪਰਿਵਾਰ ਦੇ ਵਿੱਚ ਕੋਈ ਘਰ ਸਾਹਮਣਾ ਉਹਦੇ ਡੈਡੀ ਜੀ ਦਾ ਪਹਿਲਾਂ ਅਟੈਕ ਹੋਇਆ ਹੋਇਆ ਜੀ ਉਹਦੇ ਬਹੁਤ ਜ਼ਿਆਦਾ ਦਿੱਕਤ ਆਈ ਹੈ ਪਰਿਵਾਰ ਦੇ ਵਿੱਚ ਬੀਤੇ ਦਿਨੀ ਹਰਿਆਣਾ ਦੇ ਮੇਵਾਤ ਇਲਾਕੇ 'ਚੋਂ ਕੱਢੀ ਜਾ ਰਹੀ ਧਾਰਮਿਕ ਯਾਤਰਾ ਦੌਰਾਨ ਹਿੰਦੂ ਮੁਸਲਿਮ 'ਚ ਦੰਗੇ ਹੋ ਗਏ ਜਿਸ ਦੌਰਾਨ ਇਲਾਕੇ 'ਚ ਕਾਫੀ ਭੰਨਤੋੜ ਹੋਈ ਕਈ ਗੱਡੀਆਂ ਅਤੇ ਥਾਣਿਆਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਇਹਨਾਂ ਦੰਗਿਆਂ ਦੌਰਾਨ ਗੁਰਸੇਵਕ ਸਿੰਘ ਦਾ ਕਤਲ ਕਰ ਦਿੱਤਾ ਗਿਆ ਅਤੇ ਇਲਾਕੇ ਦੇ ਵਿੱਚ ਸਰਕਾਰ ਵੱਲੋਂ ਕਰਫਿਊ ਲਗਾ ਦਿੱਤਾ ਗਿਆ ਫਤਿਹਾਬਾਦ ਤੋਂ ਬਜਰੰਗ ਮੀਣਾ ਦੀ ਰਿਪੋਰਟ